ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਡਾਕਟਰ ਮਨਪ੍ਰੀਤ ਸਿੰਘ ਸਲੂਜਾ ਮੈਂ SPS ਹੋਸਪਿਟਲ ਦੇ ਕਾਰਡਿਕ ਹਾਰਟ ਡਿਪਾਰਟਮੈਂਟ ਹਾਰਟ ਸਰਜਰੀ ਡਿਪਾਰਟਮੈਂਟ ਦਾ ਹੈੱਡ ਕਰਦਾ ਸੋ ਅੱਜ ਆਪਾਂ ਗੱਲ ਕਰਾਂਗੇ ਵਰਲਡ ਹਾਰਟ ਡੇ ਬਾਰੇ ਅਤੇ ਤੁਹਾਡੇ ਹਾਰਟ ਨੂੰ ਸਪੋਰਟ ਕਰਨ ਵਾਸਤੇ ਹਾਰਟ ਨੂੰ ਹੈਲਦੀ ਰੱਖਣ ਵਾਸਤੇ ਇੱਕ ਵਰਲਡ ਹਾਰਟ ਫੈਡਰੇਸ਼ਨ ਨੇ ਇੱਕ ਡੇ ਕੀਤਾ ਸੀ ਫਿਕਸ ਇਨ 2000 'ਚ ਫਿਕਸ ਕੀਤਾ ਸੀ ਕਿ ਆਪਾਂ ਲੋਕਾਂ ਨੂੰ ਅਵੇਅਰ ਕਰਨਾ ਹਾਰਟ ਡਿਜ਼ੀਜ਼ ਬਾਰੇ ਹਾਰਟ ਡਿਜ਼ੀਜ਼ ਦੀ ਕੀ ਪ੍ਰੋਬਲਮਸ ਹੁੰਦੀਆਂ ਅਤੇ ਹਾਰਟ ਡਿਜ਼ੀਜ਼ ਨਾਲ ਕਿੰਨਾ ਕੁ ਇਫੈਕਟ ਹੋ ਰਿਹਾ ਅਤੇ ਉਹਦਾ ਆਪਾਂ ਕਿੱਦਾਂ ਬਚਾਓ ਕਰ ਸਕਦੇ ਹਾਂ ਇਟ ਜੋ ਵਰਲਡ ਦੀ ਡੈਥਸ ਹੁੰਦੀਆਂ ਹਰ ਸਾਲ ਉਹਦਾ 1/3 ਆਫ ਡੈਥਸ ਹਾਰਟ ਦੇ ਡਿਜ਼ੀਜ਼ ਦੇ ਕਾਰਨ ਹੁੰਦੀਆਂ ਜਿਹਨੂੰ ਕਾਰਡੀਓਵੈਸਕੂਲਰ ਡਿਜ਼ੀਜ਼ ਕਹਿੰਦੇ ਇਹਦੇ ਕਾਰਨ 1/3 ਡੈਥਸ ਹੁੰਦੀ ਹੈ ਅਪਰੋਕਸੀਮੇਟਲੀ 2 crore ਡੈਥਸ ਪਰ ਈਅਰ ਅਕਰ ਫਰੋਮ ਹਾਰਟ ਡਿਜ਼ੀਜ਼ ਇਹਦੇ ਬਾਰੇ ਵਰਲਡ ਹਾਰਟ ਫੈਡਰੇਸ਼ਨ ਨੇ ਨਿਰਣਾ ਲਿਆ ਸੀ ਸਨ 2000 'ਚ ਕਿ ਆਪਾਂ ਇੱਕ ਡੇ ਫਿਕਸ ਕਰਾਂਗੇ 29 September ਆਫ ਐਵਰੀ ਈਅਰ ਫਿਕਸਡ ਐਜ਼ ਵਰਲਡ ਹਾਰਟ ਡੇ ਸੋ ਹਰ ਸਾਲ ਇੱਕ ਥੀਮ ਰੱਖਿਆ ਜਾਂਦਾ ਕਿ ਆਪਾਂ ਹਾਰਟ ਨੂੰ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਕੀ ਕੋਈ ਮੈਸੇਜ ਦਿੱਤਾ ਜਾਂਦਾ ਸੋ ਇਸ ਸਾਲ ਦਾ ਥੀਮ ਹੈਗਾ ਯੂਜ਼ ਹਾਰਟ ਫੋਰ ਐਵਰੀ ਹਾਰਟ ਸੋ ਆਪਾਂ ਨੂੰ ਆਪਣਾ ਹਾਰਟ ਯੂਜ਼ ਕਰਨਾ ਹੈ ਮੀਨਸ ਆਪਾਂ ਨੂੰ ਆਪਣੇ ਖੁਦ ਨੂੰ ਯੂਜ਼ ਕਰਨਾ ਹੈ ਅਤੇ ਖੁਦ ਦੀ ਸੈਲਫ ਕੋਨਫੀਡੈਂਸ ਕਰਕੇ ਲੋਕਾਂ ਨੂੰ ਦੱਸਣਾ ਹੈ ਕਿ ਹਾਰਟ ਡਿਜ਼ੀਜ਼ ਬਾਰੇ ਕੀ ਪ੍ਰੋਬਲਮ ਹੋ ਸਕਦੀਆਂ ਅਤੇ ਆਪਾਂ ਨੂੰ ਕੀ ਬਚਾਓ ਕਿੱਦਾਂ ਕਰਨਾ ਹੈ ਸੋ ਫੋਰ ਯੂਜ਼ ਹਾਰਟ ਫੋਰ ਐਵਰੀ ਹਾਰਟ ਮੀਨਸ ਲੋਕਾਂ ਨੇ ਐਵਰੀ ਹਾਰਟ ਮੀਨਸ 3 pillars ਦੀ ਹੈਵ ਕੀਪ ਦਿਸ ਟਾਈਮ 1 ਇਜ਼ ਹਿਊਮੈਨਿਟੀ 1 ਇਜ਼ ਫੋਰ ਨੇਚਰ ਐਂਡ 3rd ਇਜ਼ ਫੋਰ ਯੋਰ ਸੈਲਫ ਲੋਕਾਂ ਨੂੰ ਬਚਾਓ ਦੇ ਤਰੀਕੇ ਦੱਸਣੇ ਹੈਗੇ ਆ ਕਿੱਦਾਂ ਬਚਾਓ ਕਰਨਾ ਹੈ ਕੀ ਨਵੀਂ ਚੀਜ਼ਾਂ ਆਪਾਂ ਕਰ ਸਕਦੇ ਹਾਂ ਸਾਈਕਲ ਆਪਣੀ ਸੈਡੈਂਟਰੀ ਲਾਈਫ ਸਟਾਈਲ ਛੱਡ ਕੇ ਸਾਈਕਲਿੰਗ ਕਰੋ ਵਾਕ ਕਰੋ ਐਕਸਰਸਾਈਜ਼ ਕਰੋ ਹੈਲਦੀ ਖਾਣਾ ਖਾਓ ਇਹ ਚੀਜ਼ਾਂ ਆਪਾਂ ਨੂੰ ਹਿਊਮੈਨਿਟੀ ਦੇ ਵਾਸਤੇ ਕਰਨੀਆਂ ਆਪਣੀ ਹੈਲਥ ਦਾ ਧਿਆਨ ਰੱਖਣਾ ਹੈ ਆਪਣਾ ਹੈਲਦੀ ਲਾਈਫ ਸਟਾਈਲ ਜੀਣੀ ਹੈ ਸੈਡੈਂਟਰੀ ਲਾਈਫ ਸਟਾਈਲ ਛੱਡ ਕੇ ਮੂਵਮੈਂਟ ਜ਼ਿਆਦਾ ਕਰਨਾ ਹੈ ਖੂਬ ਦੌੜਨਾ ਐਕਸਰਸਾਈਜ਼ ਕਰਨਾ ਅਤੇ ਸਟ੍ਰੈਸ ਘੱਟ ਤੋਂ ਘੱਟ ਲੈਣਾ ਸਮੋਕਿੰਗ ਛੱਡ ਦੇਣਾ ਐਲਕੋਹਲ ਐਂਡ ਸਮੋਕਿੰਗ ਦੇ ਆਰ ਆਲਸੋ ਅ ਮੇਜਰ ਕੋਜ਼ ਆਫ ਹਾਰਟ ਡਿਜ਼ੀਜ਼ ਸੋ ਐਲਕੋਹਲ ਅਤੇ ਸਮੋਕਿੰਗ ਕੁਇਟ ਕਰਨਾ ਹੈ ਡਾਇਬਟੀਜ਼ ਨੂੰ ਕੰਟਰੋਲ ਰੱਖਣਾ ਹੈ ਦਿਸ ਇਜ਼ ਆਲਸੋ ਅ ਮੇਜਰ ਕੋਜ਼ ਆਫ ਹਾਰਟ ਡਿਜ਼ੀਜ਼